ਫਾਜ਼ਿਲਕਾ ਦੇ ਹਲਕਾ ਜਲਾਲਾਬਾਦ ਚ 11ਵੀਂ ਕਲਾਸ ਦੀ ਮਾਸੂਮ ਲੜਕੀ ਨਾਲ ਹੋਏ ਗੈਂਗਰੇਪ ਮਾਮਲੇ ਚ ਇੱਕ ਵੱਡਾ ਖੁਲਾਸਾ ਹੋਇਆ ਹੈ। ਨਾਬਾਲਿਗ ਵਿਦਿਆਰਥਣ ਨਾਲ ਉਸਦੇ ਹੀ ਕਲਾਸਮੇਟ ਵੱਲੋਂ ਸਾਥੀਆਂ ਨਾਲ ਮਿਲ ਕੇ ਗੈਂਗਰੇਪ ਤੋਂ ਬਾਅਦ ਜਿਸ ਜਗ੍ਹਾ ਲੜਕੀ ਨੂੰ ਸੁੱਟਿਆ ਗਿਆ ਸੀ ਉਸ ਜਗ੍ਹਾ ਤੋਂ ਨਸ਼ੇ ਲਈ ਵਰਤੇ ਜਾਣ ਵਾਲੇ ਇੰਜੈਕਸ਼ਨ ਬਰਾਮਦ ਹੋਏ ਨੇ। ਇਸ ਨਾਲ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ। ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਨਾਲ ਬਲਾਤਕਾਰ ਕਰਨ ਤੋਂ ਪਹਿਲਾਂ ਦੋਸ਼ੀਆਂ ਨੇ ਉਸ ਨੂੰ ਨਸ਼ਾ ਦਿੱਤਾ ਸੀ, ਇਸੇ ਲਈ ਉਸ ਨੂੰ 3 ਦਿਨ ਤੱਕ ਹੋਸ਼ ਨਹੀਂ ਆਇਆ। ਉਧਰ ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦੀ ਪੋਸਟਮਾਰਟਮ ਰਿਪੋਰਟ ਹਾਲੇ ਆਉਣ ਵਾਲੀ ਹੈ, ਇਸ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ। ਫਿਲਹਾਲ ਲੜਕੀ ਦੇ ਪਰਿਵਾਰ ਵੱਲੋਂ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਜੀ ਟੀਕੇ ਨੇ ਜੀ, ਜੋ ਲੋਕ ਭਰ ਕੇ ਲਾ ਕੇ ਲਾਉਂਦੇ ਨੇ ਆਪਦੇ ਸਰੀਰ ਨੂੰ, ਚਿੱਟੇ ਵਾਲੇ ਨਸ਼ਾ ਜਿੰਦੇ ਨਾਲ ਕਹਿੰਦੇ ਨਸ਼ਾ ਕਰਦੇ ਆ ਜੀ। ਇੱਕ ਲੜਕੀ ਦੀ ਬੋਡੀ ਬਰਾਮਦ ਹੋਈ ਹੈ ਜੋ ਕਿ ਮੇਰੀ ਭਤੀਜੀ ਹੈ, ਜਿਹਦੇ ਨਾਲ ਇਹ ਹਾਦਸਾ ਹੋਇਆ ਜੀ। ਆ ਰਿਹਾ ਜੀ, ਪਤਾ ਹੀ ਹੈ ਜੀ ਇਹ ਕੰਮ ਹੋਇਆ ਜੀ, ਉਹਨਾਂ ਨੇ ਜੋ ਕਿ ਡਰੱਗਸ ਦਿੱਤੀ। ਵਾਰਸਾਂ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕਰਿਆ ਵੀ ਜਿਸ ਤਰ੍ਹਾਂ ਉਹਨਾਂ ਨੇ ਇੱਕ ਦੋਸ਼ੀ ਦਾ ਨਾਂ ਲਿਖਾਇਆ, 2 ਅਣਪਛਾਤੇ ਲਿਖਾਏ ਆ, ਜਿਹੜੇ ਉਸ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਅੱਗੇ ਸਾਹਮਣੇ ਆਉਣਗੇ ਵੀ ਕੌਣ ਆ। ਬਾਕੀ ਪੋਸਟਮਾਰਟਮ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤੋਂ ਹੋ ਚੁੱਕਿਆ। 4 ਡਾਕਟਰਾਂ ਦੇ ਪੈਨਲ ਨੇ ਪੋਸਟਮਾਰਟਮ ਕੀਤਾ, ਉਹਦੀ ਰਿਪੋਰਟ ਆ ਜਾਣੀ ਆ, ਵਿਸਰਾ ਰਿਪੋਰਟ ਆ ਜਾਣੀ ਆ। ਇਹ ਜੋ ਸਾਰੇ ਤੱਥ ਇਕੱਠੇ ਹੋ ਗਏ ਉਹ ਤੋਂ ਬਾਅਦ ਅੱਗੇ ਤਫਤੀਸ਼ ਕੀ ਰੁੱਖ ਲੈਂਦੀ ਆ, ਸੱਚਾਈ ਕੀ ਆ ਉਹਦੇ ਮੁਤਾਬਕ ਤਫਤੀਸ਼ ਕੀਤੀ ਜਾਊਗੀ। ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਊਗਾ, ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਹੈ। ਮੈਂ ਅਤੇ SHO ਦੋਨੇ ਮੌਕੇ 'ਤੇ ਗਏ ਹਾਂ। ਕੱਲ੍ਹ ਕੋਈ ਇਸ ਤਰ੍ਹਾਂ ਦੇ ਟੀਕੇ ਦਿਖਾਉਣ ਵਾਲੀ ਕੋਈ ਨਾ ਤਾਂ ਗੱਲ ਸੀ, ਨਾ ਕੋਈ ਉੱਥੇ ਦੇਖੇ ਆ। ਅੱਜ ਜੇ ਹੁਣ ਮਤਲਬ ਪ੍ਰੈਸ ਨੂੰ ਦਿਖਾਤੇ ਆ, ਉਹਦੇ ਬਾਰੇ ਅਸੀਂ ਪੜਤਾਲ ਕਰ ਲਾਂਗੇ, ਜੇ ਕੋਈ ਇਹੋ ਜਿਹੀ ਗੱਲ ਹੋਊਗੀ ਤਾਂ ਉਹਨੂੰ ਵੀ ਬਖਸ਼ਿਆ ਨਹੀਂ ਜਾਊਗਾ। ਫਾਜ਼ਿਲਕਾ ਤੋਂ ਬਿਊਰੋ ਰਿਪੋਰਟ, ਖਬਰ ਹਰ ਪਲ ਇੰਡੀਆ ਲਈ।